بس ਇੱਕ ਵਾਰ ਸਾਡਾ ਵੈਸੇ ਹੀ ਦਿਲ ਕਰਦਾ ਸੀਗਾ ਕਿ ਇੱਕ ਵਾਰ ਸਾਰੇ ਪਰਿਵਾਰ ਦੇ ਨਾਲ ਬੈਠ ਕੇ ਇਹਨਾਂ ਦੇ ਨਾਲ ਜਿਹੜਾ ਇਹਨਾਂ ਦੇ ਨਾਲ ਜੋ ਬਹੁਤ ਇੱਕ ਦੁਖਦਾਈ ਪਾਣਾ ਜੋ ਵਾਪਰਿਆ ਉਹਨਾਂ ਨਾਲ ਚਰਚਾ ਕੀਤੀ ਆ ਬਹੁਤ ਗਹਿਰਾ ਜ਼ਖਮ ਆ ਉਹਨਾਂ ਦੇ ਤਾਂ ਚਲੋ ਵਿਚਾਰਿਆਂ ਤੇ ਹੈ ਹੀ ਹੈ ਸਾਡੇ ਸਾਰੇ ਸੂਬੇ ਸਾਡੇ ਕੌਮ ਤੇ ਬਹੁਤ ਵੱਡਾ ਦੁੱਖ ਆ ਕਿਉਂਕਿ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਆਪਣੇ ਜਦੋਂ ਉਹਦਾ ਕਤਲ ਕੀਤਾ ਗਿਆ ਕਿ ਸਾਡੇ ਕੋਲੋਂ ਇੱਕ ਬਹੁਤ ਕੀਮਤੀ ਗਹਿਣਾ ਜਿੱਦਾਂ ਹੁੰਦਾ ਨਾ ਕਿਸੇ ਦਾ ਇਹ ਸਾਡਾ ਕੌਮ ਦਾ ਕੌਮੀ ਗਹਿਣਾ ਸਿਗਾ ਇਹ ਹੁਣ ਹਾਰ ਅ ਸੁਭਦੀਪ ਸਿੰਘ ਸਿੱਧੂ ਕਿਉਂਕਿ ਤੁਸੀਂ ਦੇਖੋ ਹੁਣ ਇਹਦਾ ਐਸਫਾਈਲ ਦਾ ਗੀਤ ਆਇਆ ਇਹਦੇ ਐਸਫਾਈਲ ਦੇ ਇੱਕ 3 4 4 3 4 ਮਿੰਟ ਦੇ ਗੀਤ ਵਿੱਚ ਇਹਨੇ ਉਹ ਸੁਣਾ ਦਿੱਤਾ ਸ਼ਾਇਦ ਸਾਡੀਆਂ ਦਹਾਕੇ ਬਦੀਆਂ ਸਾਡੇ ਲੀਡਰਸ ਨਹੀਂ ਲੋਕਾਂ ਨੂੰ ਮੋਟੀਵੇਟ ਕਰ ਸਕੇ ਸੋ ਇਸ ਤਰ੍ਹਾਂ ਦਾ ਐਸੈਟ ਰੋਜ਼ ਰੋਜ਼ ਨਿਤਨਿਤ ਨਹੀਂ ਜੰਮਦੇ ਇਹ ਸਾਡਾ ਜਿਹੜਾ ਘਾਟਾ ਹੁਣ ਉਹ ਘਾਟਾ ਤਾਂ ਨਹੀਂ ਹੋਣਾ ਪੂਰਾ ਪਰ ਅਸੀਂ ਪਰਿਵਾਰ ਦੇ ਨਾਲ ਖੜੇ ਆਂ ਔਰ ਜਿਹੜੀ ਵੀ ਕੋਈ ਤਹਿਕੀਕਤ ਚੱਲ ਰਹੀ ਹੈ ਅੱਜ ਮੈਂ ਅਖਬਾਰ ਪੜ੍ਹ ਰਿਹਾ ਸੀਗਾ ਕਿ 39 ਦਿਨ ਹੋ ਗਏ ਉਸ ਦੀ ਮੌਤ ਹੋਈ ਨੂੰ ਜਿਹੜੇ ਅਸਲ ਸ਼ੂਟਰਸ ਨੇ ਜਿਹੜੇ ਪੰਜਾਬ ਨਾਲ ਕਨੈਕਟਡ ਨੇ ਉਹ ਅੱਜ ਤੱਕ ਨਹੀਂ ਕਿਸ ਨੇ ਫੜੇਗੇ ਇਹਨਾਂ ਨੂੰ ਪਤਾ ਹੀ ਨਹੀਂਗਾ ਕਿ ਕੌਣ ਆ ਕਿਹੜੇ ਵੈਪਨ ਵਰਤੇ ਗਏ ਕਦੀ ਕਹਿ ਦਿੰਦੇ 100 1K94 ਵਰਤੀ ਗਈ ਆ ਤੇ ਹੁਣ ਕਹਿੰਦੇ 1K47 ਵਰਤੀ ਗਈ ਆ ਔਰ ਇਸੇ ਤਰ੍ਹਾਂ ਹੀ ਜਿਹੜਾ ਅਮਿਊਨੀਸ਼ਨ ਫਾਇਰ ਹੋਇਆ ਅਕਸਰ ਇਹ ਤਾਂ ਹੈ ਨਿੰਗਾ ਕਿ ਹਰ ਇੱਕ ਇੱਕ ਗੋਲੀ ਦੇ ਉੱਤੇ ਉਹਦਾ ਪਤਾ ਹੁੰਦਾ ਕਿ ਕਿੱਥੇ ਬਣੀ ਗੋਲੀ ਤੇ ਕਿੱਥੇ ਗਈ ਤੇ ਕਿੱਧਰੋਂ ਆਈ ਆ ਸੋ ਸਾਨੂੰ ਪੰਜਾਬ ਦੇ ਲੋਕਾਂ ਨੂੰ ਔਰ ਜਿਹੜੇ ਦੁਨੀਆ ਭਰ ਚ ਬੈਠੇ ਹਤੈਸ਼ੀ ਨੇ ਪੰਜਾਬ ਦੇ ਹਤੈਸ਼ੀਆ ਚਲੋ ਜਿਹੜੇ ਸਾਡੇ ਹੋਣਾਰੇ ਇਸ ਬੱਚੇ ਦੇ ਹਤੈਸ਼ੀ ਉਹਨਾਂ ਦੇ ਮਨ ਵਿੱਚ ਹਲੇ ਡਿਸਸੈਟੀਸਫੈਕਸ਼ਨ ਆ ਇੱਕ ਸੁਭਾਵਾ ਕਿ ਇਨਸਾਫ ਨਹੀਂ ਹੋ ਰਿਹਾ ਔਰ ਲੋਕਾਂ ਦੀਆਂ ਭਾਵਨਾਵਾਂ ਠੰਡੀਆਂ ਨਹੀਂ ਹੋ ਰਹੀਆਂ ਇਸ ਲਈ ਮੇਰੀ ਤਾਂ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਕਿ ਇਹਦੇ ਤੇ ਬਹੁਤ ਜ਼ਿਆਦਾ ਫੋਕਸ ਕਰਨ ਇਹ ਨਹੀਂ ਹੈਗਾ ਕਿ ਇੱਕ ਕਤਲ ਹੋ ਗਿਆ ਤੇ ਇੱਕ ਗੱਲ ਮੁੱਕ ਗਈ ਚੈਪਟਰ ਬੰਦ ਨਹੀਂ ਹੋਇਆ ਉਹਦਾ ਹਲੇ ਬਹੁਤ ਜਿਹੜਾ ਉਹਨੇ ਜਿਹੜਾ ਉਹਦੇ ਚ ਹਨਰ ਸੀਗਾ ਉਹਦੇ ਹੋਰ ਬਹੁਤ ਸਾਰੇ ਗੀਤ ਨੇ ਪੰਜਾਬ ਦੇ ਮੁਤਲਕ ਸੰਬੰਧਿਤ ਸਾਡੀ ਸਾਡੀ ਹੋਂਦ ਦੇ ਮੁਤਲਕ ਸਾਡੇ ਅ ਅਧਿਕਾਰਾਂ ਦੇ ਮੁਤਲਕ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਆਉਣਗੇ ਪਰ ਮੈਂ ਇਹ ਸਮਝਦਾ ਕਿ ਸਿਰਫ ਜਿਹੜਾ ਔਰ ਦੁੱਖ ਦੀ ਗੱਲ ਹੈ ਕਿ ਜਿਹੜੇ ਸਾਡੇ ਐਸਵਾਈਐਲ ਦਾ ਗੀਤ ਹੈ ਉਹਨੂੰ ਬੈਨ ਕੀਤਾ ਗਿਆ ਔਰ ਇਸ ਨੂੰ ਮੈਂ ਵਿਧਾਨ ਸਭਾ ਦੇ ਵਿੱਚ ਬਹੁਤ ਜ਼ੋਰ ਨਾਲ ਉਠਾਇਆ ਭਗਵੰਤ ਸਿੰਘ ਮਾਨ ਨੇ ਮੇਰੇ ਨਾਲ ਐਕਨੋਲਜ ਕੀਤਾ ਕਿ ਜਿੱਦਨ ਅਸੀਂ ਮਤੇ ਪਾਸ ਕਰਾਂਗੇ 30 ਤਾਰੀਖ ਨੂੰ 3 ਜੂਨ ਨੂੰ ਅਸੀਂ ਉਹਦੇ ਵਿੱਚ ਇਸ ਦਾ ਵਿਰੋਧ ਕਰਾਂਗੇ ਕੇਂਦਰ ਸਰਕਾਰ ਦੇ ਖਿਲਾਫ ਮਤਾ ਪਾਸ ਕਰਾਂਗੇ ਕਿ ਐਸਵਾਈਲ ਦਾ ਗੀਤ ਜਿਹੜਾ YouTube ਤੇ ਬੈਨ ਕਰਵਾਇਆ BJP ਗਵਰਨਮੈਂਟ ਨੇ ਗਲਤ ਹੈ ਲੇਕਿਨ ਬਾਅਦ ਵਿੱਚ ਮੁੱਕਰ ਗਏ ਸੋ ਮੈਂ ਇਹ ਸਮਝਦਾ ਹਾਂ ਕਿ ਅੱਜ ਸਾਰੀ ਦੁਨੀਆ ਦੇ ਵਿੱਚ ਬੜਾ ਉਹਦਾ ਅਫਸੋਸ ਆ ਔਰ ਉਸੇ ਅਫਸੋਸ ਨੂੰ ਅਸੀਂ ਪਰਿਵਾਰ ਦੇ ਨਾਲ ਉਹਦੇ ਮਾਤਾ ਪਿਤਾ ਨਾਲ ਬੈਠੇ ਆ ਦੁੱਖ ਮਡਾਇਆ ਥੋੜਾ ਬਹੁਤਾ ਕਿਸੇ ਨਾ ਕਿਸੇ ਢੰਗ ਜਿੱਦਾ ਪੰਜਾਬ ਦੇ ਵਿਸ਼ੇ ਪਰ ਚੋਂ ਗੈਰ ਪੰਜਾਬੀਆਂ ਨੇ ਬੱਚਿਆਂ ਨੇ ਔਰ ਮੈਂ ਸੁਣ ਰਿਹਾ ਸੀਗਾ ਜਿਹੜਾ ਵਜਿੰਦਰ ਬੌਕਸਰ ਆ ਉਹਦੀ ਦਾਤ ਦੇਣੀ ਬਣਦੀ ਆ ਕਿ ਉਹਰਾ ਹਰਿਆਣੇ ਦਾ ਹੋਣ ਦੇ ਬਾਅਦ ਵੀ ਉਹਨੇ ਇਸ ਗੀਤ ਦੀ ਅਹਿਮੀਅਤ ਨੂੰ ਸਮਝ ਕੇ ਔਰ ਸਾਡੇ ਪੰਜਾਬ ਦੇ ਹਿੱਤਿਆ ਸਿੱਧੂ ਮੂਸੇਵਾਲੇ ਨੂੰ ਡਿਫੈਂਡ ਕੀਤਾ ਸੋ ਇਹ ਸਾਰੀਆਂ ਚਰਚਾਵਾਂ ਕੀਤੀਆਂ ਜੀ ਤੁਸੀਂ ਪਰਿਵਾਰ ਨੂੰ ਮਿਲਿਓ ਕੋਈ ਇਨਸਾਫ ਦੀ ਗੱਲ ਹੋਈ ਉਹਨਾਂ ਨੂੰ ਕਿਹੇ ਵੀ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਮਨ ਵਿੱਚ ਰੰਜ ਹੈ ਜੀ ਬਹੁਤ ਉਹਨਾਂ ਨੂੰ ਐ ਲੱਗ ਰਿਹਾ ਵਾ ਕਿ ਜਿੱਦਾਂ ਇਹ ਸਾਰੀ ਜਿਹੜੀ ਤਹਿਕੀਕਾਤ ਕੀਤੀ ਜਾ ਰਹੀ ਹੈ ਇਸ ਨੂੰ ਜਿਹੜੇ ਅਸਲ ਮੁਜਰਮ ਨੇ ਉਹ ਫੜੇ ਨਹੀਂ ਜਾ ਰਹੇ ਉਹਨਾਂ ਦੇ ਹਿਰਦੇ ਸ਼ਾਂਤ ਉਦਣ ਹੋਣਗੇ ਜਿਸ ਦਿਨ ਸਹੀ ਗੁਨਾਹਗਾਰ ਕਾਤਲ ਜਿਹੜੇ ਨੇ ਸਮੇਤ ਹਥਿਆਰਾਂ ਦੇ ਸਰਕਾਰਾਂ ਅੰਦਰ ਦੇਣਗੇ ਇਹ ਆਦਮੀ ਮਾਮਲੇ ਦੇ ਵਿੱਚ ਮੋਗਾ ਦੀ ਅਦਾਲਤ ਨੇ ਤਿੰਨ ਬੰਦੇ ਨੂੰ ਦੋਸ਼ੀ ਕਰਾ ਲਿਆ ਕਿ ਤੁਸੀਂ ਵੀ ਬਰਗਾੜੀ ਜਾ ਰਹੇ ਹੋ ਅੱਜ ਮੈਂ ਜਾ ਰਹੇ ਹਾਂ ਜੀ ਕਿ ਜਿਹੜੀ ਐਸਆਈਟੀ ਆ ਨਾ ਇਹ ਬਿਲਕੁਲ ਪ੍ਰਵਾਨ ਨਹੀਂ ਇਹ ਰਿਜੈਕਟ ਕਰਦੀ ਰਿਪੋਰਟ ਸਾਰੀ ਕੌਮ ਨੇ ਜਿਹੜਾ ਇਹ ਕਹਿੰਦੇ ਕਿ ਅਸੀਂ ਫਾਈਨਲ ਰਿਪੋਰਟ ਦੇਤੀ ਹੈ ਅਸਲ ਬੰਦੇ ਨਾਮਜਦ ਕਰ ਦਿੱਤੇ ਆ ਬਹੁਤ ਸਾਰੇ ਤੱਥ ਨੇ ਮੈਂ ਬਰਗਾੜੀ ਜਾ ਕੇ ਦੱਸਾਂਗਾ ਲੇਕਿਨ ਇਹ ਰਿਪੋਰਟ ਜਦ ਤੱਕ ਅਸਲ ਗੁ ਜਿਹੜੇ ਕੇਚਰੀਵਾਲੀ ਕਹਿੰਦਾ ਸੀ ਕਿ ਮਾਸਟਰਮਾਈਂਡ ਹੈ ਜਦ ਤੱਕ ਉਹਨਾਂ ਨੂੰ ਉਹਨੂੰ ਫੜਿਆ ਜਾਂਦਾ ਹੈ ਜਾਂ ਉਹਨਾਂ ਦੇ ਉੱਤੇ ਉਹਨੂੰ ਨਾਮਜ਼ਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਬੇਅਦਬੀਆਂ ਦੇ ਮਸਲੇ ਦੇ ਉੱਤੇ ਰਿਪੋਰਟ ਪ੍ਰਵਾਨ ਨਹੀਂ ਹੋਵੇਗੀ ਔਰ ਜਿਹੜੇ ਚੰਦ ਬੰਦਿਆਂ ਨੂੰ ਸਜ਼ਾ ਹੋਈ ਹੈ ਕੁਝ ਵੀ ਨਹੀਂ ਦਿਸ ਇਜ਼ ਅੰਗਰੇਜ਼ੀ ਚ ਕਹਿੰਦੇ ਨੇ ਟਿਪ ਆਫ ਦੀ ਆਈਸਬਰਗ ਇਹ ਬਹੁਤ ਵੱਡਾ ਗੁਨਾਹ ਆ ਜਦ ਤੱਕ ਇਸ ਗੁਨਾਹ ਇਹਨਾਂ ਗੁਨਾਹਗਾਰਾਂ ਨੂੰ ਪੂਰੀ ਪੂਰਨ ਤੌਰ ਤੇ ਸਜ਼ਾ ਨਹੀਂ ਮਿਲੇਗੀ ਇਹ ਗੁਰੂ ਨਾਨਕ ਨਾਮ ਲੇਵਾ ਦੇ ਹਿਰਦੇ ਜਿਹੜੇ ਉਹ ਸ਼ਾਂਤ ਨਹੀਂ ਹੋਣਗੇ 15